ਗੱਲ ਕਰਨ ਜਾਣਾ, ਉਹਨਾਂ ਕਹਿਣਾ ਉੱਪਰ ਹੈ, ਪਹਾੜੀ 'ਤੇ ਆ, ਪਹਾੜੀ 'ਤੇ ਆ, ਬਾਅਦ ਵਿੱਚ ਤੁਹਾਡੀ ਗੱਲ ਕਰਵਾਵਾਂਗੇ, ਬਾਅਦ 'ਚ ਕਰਵਾਵਾਂਗੇ। ਮਹੀਨਾ ਭਰ ਅਸੀਂ ਐਵੇਂ ਹੀ ਜਾਂਦੇ ਰਹੇ, ਆਉਂਦੇ ਰਹੇ ਮੋਗੇ ਮੋਗੇ, ਪਰ ਸਾਡੀ ਗੱਲ ਨਹੀਂ ਹੋਈ। ਹਾਂ, ਉਸ ਤੋਂ ਬਾਅਦ ਤਾਂ ਫਿਰ ਜ਼ਿੰਦਗੀ ਐਵੇਂ ਇੱਕ ਦੂਜੇ ਵੱਲ ਵੇਖ ਕੇ ਟਪਾ ਲਈ, ਟਪਾ ਲਈ। ਸ਼ਹੀਦੀ ਤੋਂ ਬਾਅਦ ਬੇਟੇ ਦਾ ਪਾਲਣ ਪੋਸ਼ਣ ਕੀਤਾ, ਪੜ੍ਹਾਇਆ ਲਿਖਾਇਆ। ਕਈ ਮੇਰੇ ਵਰਗੀਆਂ ਸੀ ਵਿਚਾਰੀਆਂ, ਛੋਟੇ ਛੋਟੇ ਬੱਚਿਆਂ ਵਾਲੀਆਂ ਕੁੜੀਆਂ ਦੇ ਵੱਡੇ ਬੱਚੇ ਸੀ, ਕਈਆਂ ਦੇ ਛੋਟੇ ਬੱਚੇ ਸੀ। ਜਦੋਂ ਜਾਈਦਾ ਸੀ, ਵੇਖੀਦਾ ਸੀ, ਬਹੁਤ ਦੁੱਖ ਆਉਂਦਾ ਸੀ ਇੱਕ ਦੂਜੇ ਨਾਲ ਵੇਖ ਕੇ। ਛੱਬੀ ਜੁਲਾਈ ਨੂੰ ਪੂਰੇ ਦੇਸ਼ ਦੇ ਵਿੱਚ ਕਾਰਗਿਲ ਵਿਜੈ ਦਿਵਸ ਮਨਾਇਆ ਜਾਂਦਾ ਹੈ, ਕਿਉਂਕਿ 26 ਜੁਲਾਈ ਨੂੰ ਸਾਡੇ ਕਈ ਦੇਸ਼ ਦੇ ਜਵਾਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਔਰ ਪਾਕਿਸਤਾਨ 'ਤੇ ਜਿੱਤ ਪ੍ਰਾਪਤ ਕੀਤੀ ਸੀ। ਇਸ ਲੜਾਈ ਦੇ ਵਿੱਚ ਕਈ ਜਵਾਨ ਸ਼ਹੀਦ ਹੋਏ, ਤਨੋ ਜਿਗਰਾ ਉਹਨਾਂ ਮਾਵਾਂ ਦਾ, ਉਹਨਾਂ ਘਰ ਵਾਲੀਆਂ ਦਾ ਜਿਹੜੇ ਆਪਣੇ ਬੇਟੇ ਨੂੰ ਔਰ ਪਤੀ ਨੂੰ ਬਾਰਡਰ 'ਤੇ ਭੇਜਦੇ ਨੇ ਤਾਂ ਕਿ ਸਾਡਾ ਦੇਸ਼ ਸੁਰੱਖਿਅਤ ਰਹੇ, ਅਸੀਂ ਸੁਰੱਖਿਅਤ ਰਹੀਏ। ਲੇਕਿਨ ਉਹ ਕਿਸ ਤਰ੍ਹਾਂ ਆਪਣੇ ਬੇਟੇ ਨੂੰ ਜਾਂ ਆਪਣੇ ਪਤੀ ਨੂੰ ਬਾਰਡਰਾਂ 'ਤੇ ਭੇਜਦੇ ਨੇ ਤਾਂ ਕਿ ਸਾਡਾ ਦੇਸ਼ ਸੁਰੱਖਿਅਤ ਰਹੇ, ਅਸੀਂ ਅੱਜ ਗੱਲ ਕਰਾਂਗੇ ਉਹਨਾਂ ਦੇ ਪਰਿਵਾਰਾਂ ਨਾਲ। ਭਾਵਾਂ 25 ਸਾਲ ਹੋ ਗਏ ਨੇ ਇਸ ਕਾਰਗਿਲ ਦੀ ਲੜਾਈ ਨੂੰ, ਲੇਕਿਨ ਅੱਜ ਰੋਮ ਰੋਮ ਖੜ੍ਹਾ ਹੋ ਜਾਂਦਾ ਉਹਨਾਂ ਨੂੰ ਯਾਦ ਕਰਕੇ ਜਿਹੜੇ ਸਾਡੇ ਜਵਾਨ ਸ਼ਹੀਦ ਹੋਏ ਸੀ। ਅਸੀਂ ਇਸ ਟਾਈਮ ਮੌਜੂਦ ਹਾਂ ਮੋਗਾ ਦੇ ਪਿੰਡ ਮਾਛੀਵਾਲਾ ਦੇ ਵਿੱਚ, ਜਿੱਥੇ ਦਾ ਸਿਪਾਹੀ ਜਿਉਣ ਸਿੰਘ 8 ਸਿੱਖ ਰੈਜੀਮੈਂਟ 'ਚ ਸੀ ਔਰ ਇਸ ਲੜਾਈ ਦੇ ਦੌਰਾਨ ਸ਼ਹੀਦ ਹੋ ਗਿਆ ਸੀ। ਪਿੱਛੇ ਛੱਡ ਗਏ ਆਪਣੀ ਪਤਨੀ, ਆਪਣੇ ਬੱਚੇ ਨੂੰ। 1994 ਦੇ ਵਿੱਚ ਭਰਤੀ ਹੋਏ ਸੈਨਾ ਦੇ ਵਿੱਚ ਔਰ 95 ਦੇ ਵਿੱਚ ਉਹਨਾਂ ਦੀ ਸ਼ਾਦੀ ਹੋਈ। 1999 ਦੇ ਵਿੱਚ 2 ਜੁਲਾਈ 1999 ਦੇ ਵਿੱਚ ਕਾਰਗਿਲ ਦੀ ਲੜਾਈ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ। ਬਹੁਤ ਔਖਾ ਹੁੰਦਾ ਜਦੋਂ ਕਿਸੇ ਬੇਟੇ ਨੂੰ, ਕਿਸੇ ਪਤੀ ਨੂੰ ਬਾਰਡਰ 'ਤੇ ਭੇਜਣਾ ਔਰ ਉਸ ਤੋਂ ਬਾਅਦ ਘਰ ਤਿਰੰਗੇ ਦੇ ਵਿੱਚ ਲਿਪਟ ਕੇ ਆਉਣਾ। ਯਾਦ ਕਰਦੇ ਹਾਂ, ਉਹਨਾਂ ਨੂੰ ਸਲੂਟ ਵੀ ਕਰਦੇ ਹਾਂ, ਨਮਨ ਵੀ ਕਰਦੇ ਹਾਂ ਜਦੋਂ ਸਾਡੇ ਸਿਪਾਹੀ ਯਾਦ ਆਉਂਦੇ ਨੇ। ਸਾਡੇ ਨਾਲ ਇਸ ਟਾਈਮ ਮੌਜੂਦ ਨੇ ਜਿਉਣ ਸਿੰਘ ਜੀ ਦੇ ਪਤਨੀ ਚਰਨਜੀਤ ਕੌਰ, ਇਹਨਾਂ ਨਾਲ ਗੱਲ ਕਰਾਂਗੇ ਕਿਉਂਕਿ 1 ਸਾਲ ਭਰਤੀ ਤੋਂ ਬਾਅਦ ਇਹਨਾਂ ਦੀ ਮੈਰਿਜ ਹੋਈ ਔਰ ਵਿਆਹ ਤੋਂ 4 ਸਾਲ ਬਾਅਦ ਹੀ ਉਹ ਸ਼ਹੀਦੀ ਪ੍ਰਾਪਤ ਕਰ ਗਏ। 25 ਸਾਲ ਉਸ ਦਿਨ ਨੂੰ ਹੋ ਗਏ। ਕੀ ਕਹਿਣਾ ਇਹਨਾਂ ਦਾ, ਚਰਨਜੀਤ ਜੀ, ਬਹੁਤ ਔਖਾ ਹੁੰਦਾ ਹੈ ਜਦੋਂ ਇੱਕ ਮਾਂ ਨੂੰ ਜਾਂ ਇੱਕ ਪਤਨੀ ਨੂੰ ਆਪਣੇ ਪਤੀ ਨੂੰ ਬਾਰਡਰ 'ਤੇ ਭੇਜਣਾ ਦੇਸ਼ ਦੀ ਰੱਖਿਆ ਕਰਨ ਲਈ, ਔਰ ਵਿਆਹ ਨੂੰ ਤੁਹਾਡੇ ਨੂੰ 1 ਸਾਲ ਹੋਇਆ ਸੀ ਜਦੋਂ ਇਹਨਾਂ ਦੀ ਭਰਤੀ ਹੋਈ ਸੀ, ਉਸ ਤੋਂ ਬਾਅਦ 4 ਸਾਲ ਬਾਅਦ ਇਹਨਾਂ ਦੀ ਦੇਹ ਜਿਹੜੀ ਹੈ ਸ਼ਹੀਦੀ ਪ੍ਰਾਪਤ ਕਰ ਗਏ ਔਰ ਤਿਰੰਗੇ ਦੇ ਵਿੱਚ ਲਿਪਟ ਕੇ ਘਰ ਆਏ। ਕੀ ਕਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀ ਦੁੱਖ ਤਾਂ ਬਹੁਤ ਸੀਗਾ, ਹੈ ਨਾ, ਛੋਟਾ ਜਿਹਾ ਬੇਟਾ ਸੀ, ਕਿਉਂਕਿ ਆਪਣੀ ਵੀ ਉਮਰ ਬਹੁਤ ਛੋਟੀ ਸੀ, ਬੇਟਾ ਵੀ ਛੋਟਾ ਸੀ, ਪਰ ਪਰਮਾਤਮਾ ਦੇ ਆਸਰੇ ਜ਼ਿੰਦਗੀ ਆਪਣੀ ਬਤੀਤ ਕਰ ਲਈ, ਭੈਣਾਂ ਭਰਾਵਾਂ ਦੇ ਸਿਰ 'ਤੇ ਰਹਿ ਕੇ ਟਾਈਮ ਪਾਸ ਕੀਤਾ ਜੀ। ਹਾਂਜੀ, ਇਸ ਤੋਂ ਬਾਅਦ ਵੀ ਮਤਲਬ ਦਿਨ ਨਹੀਂ ਉਹ ਸਾਨੂੰ ਭੁੱਲਦਾ, ਜਿਹੜਾ ਮਤਲਬ ਦਿਨ ਉਸ ਦਿਨ ਸੀ ਸਾਡੇ ਵਾਸਤੇ ਆਇਆ ਆਇਆ ਬੜਾ। ਚਰਨਜੀਤ ਜੀ, ਤੁਹਾਡਾ ਵਿਆਹ 1995 ਦੇ ਵਿੱਚ ਹੋਇਆ,
94 ਦੇ ਵਿੱਚ ਜਿਉਂ ਸਿੰਘ ਜੀ ਸਿਪਾਹੀ ਭਰਤੀ ਹੋਏ, ਪਤਾ ਸੀਗਾ ਕਿ ਇੱਕ ਸਿਪਾਹੀ ਨਾਲ ਵਿਆਹ ਹੋਣ ਜਾ ਰਿਹਾ ਅਤੇ ਇਹ ਨਹੀਂ ਪਤਾ ਕਦੋਂ ਦੁਸ਼ਮਣ ਦੀ ਗੋਲੀ ਦਾ ਸਾਹਮਣਾ ਕਰਨਾ ਪਵੇ, ਕਿਸ ਤਰ੍ਹਾਂ ਇੱਕ ਵੱਡਾ ਦਿਲ ਰੱਖ ਕੇ। ਪਹਿਲਾਂ ਨਹੀਂ ਸੀ ਵੀਰ ਜੀ ਇੰਨਾ ਹੈਗਾ, ਹੈ ਨਾ, ਪਹਿਲਾਂ ਤਾਂ ਇਹ ਹੁੰਦਾ ਸੀ ਵੀ ਚੱਲ ਸਾਡਾ ਸਿਪਾਹੀ ਆਰਮੀ 'ਚ ਫੌਜ 'ਚ ਭਰਤੀ ਨੇ, ਚੱਲ ਇਹਨਾਂ ਨਾਲ ਵਿਆਹ ਹੋ ਰਿਹਾ, ਵਧੀਆ ਸੀ, ਦੇਖਭਾਲ ਵੀ ਵਧੀਆ ਕਰਦੇ ਸੀ, ਵਧੀਆ ਬੋਲ ਸੀ, ਨੇਚਰ ਵੀ ਬਹੁਤ ਵਧੀਆ ਸੀ, ਪਰਿਵਾਰ ਵੀ ਬਹੁਤ ਵਧੀਆ ਸੀ। ਉਸ ਤੋਂ ਬਾਅਦ ਜਦੋਂ ਇਸ ਤਰ੍ਹਾਂ ਕਾਰਗਿਲ ਦੀ ਜੰਗ ਲੱਗੀ, ਲੜਾਈ ਹੋਈ, ਫਿਰ ਉਸ ਤੋਂ ਬਾਅਦ ਮਤਲਬ ਵੀ ਨਹੀਂ ਸੀ ਗਿਆ, ਮਨ ਦੁਖੀ ਹੋ ਗਿਆ ਸੀ, ਹੋ ਗਿਆ ਸੀ। ਬਹੁਤ ਘੱਟ ਗੱਲ ਹੁੰਦੀ ਹੋਣੀ ਆ, ਉਦੋਂ ਫੋਨ ਵੀ ਇੰਨੇ ਨਹੀਂ ਹੁੰਦੇ ਸੀਗੇ ਜਦੋਂ 95 ਦੇ ਵਿੱਚ ਤੁਹਾਡੀ ਸ਼ਾਦੀ ਹੋਈ ਹੈ, ਕਿਵੇਂ ਨਿਕਲਦਾ ਸੀ ਸਮਾਂ? ਹਾਂਜੀ, ਉਦੋਂ ਨਾ ਕੋਈ ਫੋਨ ਹੁੰਦੇ ਸੀ, ਨਾ ਕੋਈ ਮਤਲਬ ਚਿੱਠੀ ਆਉਂਦੀ ਹੁੰਦੀ ਸੀ, ਕਿਤੇ 2 ਮਹੀਨਿਆਂ ਬਾਅਦ ਆ ਗਈ, ਕਿਤੇ 3 ਮਹੀਨਿਆਂ ਬਾਅਦ ਆ ਗਈ ਚਿੱਠੀ ਦੀ ਡੀਕ ਕਰਨੀ। ਉਸ ਤੋਂ ਬਾਅਦ ਫਿਰ ਬੇਟਾ ਹੋ ਗਿਆ, ਬੇਟੇ ਨਾਲ ਧਿਆਨੇ ਲੱਗ ਜਾਣਾ ਕਰਨਾ, ਫਿਰ ਵੀ ਡੀਕ ਕਰਨੀ ਵੀ ਆਉਣਾ, 2 ਮਹੀਨਿਆਂ ਨੂੰ ਆਉਣਾ, 4 ਮਹੀਨਿਆਂ ਨੂੰ ਆਉਣਾ। ਉਸ ਤੋਂ ਬਾਅਦ ਫਿਰ ਜਦੋਂ ਮਤਲਬ ਕਾਰਗਿਲ ਦੀ ਲੜਾਈ ਲੱਗੀ, ਉਦੋਂ ਬਹੁਤ ਸੀ ਇਹਨਾਂ ਚੀਜ਼ਾਂ ਦਾ ਦੁੱਖ ਬਹੁਤ ਸੀਗਾ। ਉਦੋਂ ਫਿਰ ਉਸ ਤੋਂ ਬਾਅਦ ਉਦੋਂ ਹੀ ਪਤਾ ਲੱਗਿਆ ਜਦੋਂ ਮਤਲਬ ਕਾਰਗਿਲ 'ਚ ਸ਼ਹੀਦ ਹੋ ਗਏ। ਬੜਾ ਵੱਡਾ ਦਿਲ ਰੱਖਣਾ ਪੈਂਦਾ ਇੱਕ ਪਤਨੀ ਨੂੰ ਕਿ ਉਹਨਾਂ ਦਾ ਛੋਟੇ ਬੇਟੇ ਦਾ ਬਾਪ ਉੱਥੇ ਬਾਰਡਰ 'ਤੇ ਹੈ। ਹਾਂਜੀ, ਉਸ ਤੋਂ ਬਾਅਦ ਤਾਂ ਫਿਰ ਜ਼ਿੰਦਗੀ ਐਵੇਂ ਇੱਕ ਦੂਜੇ ਵੱਲ ਵੇਖ ਕੇ ਟਪਾ ਲਈ। ਜਦੋਂ ਲੜਾਈ ਸ਼ੁਰੂ ਹੋਈ ਉਦੋਂ ਲੱਗਦਾ ਸੀਗਾ ਕਿ ਅੱਜ ਗੱਲ ਹੋ ਜਾਏ, ਕੱਲ੍ਹ ਗੱਲ ਹੋ ਜਾਏ, ਜਾਂਦੇ ਰਹੇ, ਬਹੁਤ ਅਸੀਂ ਹੋ ਗਏ। ਉਦੋਂ ਟੈਲੀਗ੍ਰਾਮ ਹੁੰਦੇ ਹੁੰਦੇ ਸੀ, ਟੈਲੀਗ੍ਰਾਮ 'ਤੇ ਬਹੁਤ ਜਾਣਾ ਕਰਨਾ, ਰੋਜ਼ ਆਖਣਾ ਵੀ ਸਾਡੀ ਗੱਲ ਹੋ ਜਾਏ, ਗੱਲ ਕਰਵਾਉਂਦੇ ਨਹੀਂ ਸੀ ਹੁੰਦੇ, ਮਤਲਬ ਆਖ ਜਦੋਂ ਗੱਲ ਕਰਨ ਜਾਣਾ, ਉਹਨਾਂ ਕਹਿਣਾ ਉੱਪਰ ਹੈ, ਪਹਾੜੀ 'ਤੇ ਆ, ਬਾਅਦ ਵਿੱਚ ਤੁਹਾਡੀ ਗੱਲ ਕਰਵਾਵਾਂਗੇ, ਬਾਅਦ 'ਚ ਕਰਵਾਵਾਂਗੇ। ਮਹੀਨਾ ਭਰ ਅਸੀਂ ਐਵੇਂ ਹੀ ਜਾਂਦੇ ਰਹੇ, ਆਉਂਦੇ ਰਹੇ ਮੋਗੇ, ਪਰ ਸਾਡੀ ਗੱਲ ਨਹੀਂ ਹੋਈ। ਹਾਂ, ਹੋਈ। ਬੇਟਾ ਕਿੰਨੇ ਸਾਲ ਦਾ ਸੀ? ਬੇਟਾ 2.5 ਸਾਲ ਦਾ ਸੀ। ਉਸ ਤੋਂ ਬਾਅਦ ਸ਼ਹੀਦੀ ਤੋਂ ਬਾਅਦ ਬੇਟੇ ਦਾ ਪਾਲਣ ਪੋਸ਼ਣ ਕੀਤਾ, ਪੜ੍ਹਾਇਆ, ਲਿਖਾਇਆ। ਉਸ ਤੋਂ ਬਾਅਦ ਇਹ ਸੀ ਮੇਰੇ ਮਨ 'ਚ ਸੀ ਵੀ ਚੱਲ ਬੇਟਾ ਵੀ ਫੌਜ ਜਾਏਗਾ, ਪਰ ਬੇਟਾ ਨਹੀਂ, ਫਿਰ ਇਸ ਵਕਤ ਨੇ ਬਾਹਰ ਦਾ ਨਾਲ ਬਾਹਰ ਹੀ ਗਿਆ। ਚਲੋ ਫਿਰ, ਹਾਂ, 25 ਸਾਲ ਹੋ ਗਏ ਜੀ, ਹਰ ਸਾਲ ਅਸੀਂ ਵਿਜੇ ਦਿਵਸ ਮਨਾਉਂਦੇ ਹਾਂ 26 ਜੁਲਾਈ ਨੂੰ। ਤੁਹਾਡੇ ਲਈ ਤਾਂ ਇੱਕ ਇੱਕ ਟਾਈਮ, ਇੱਕ ਇੱਕ ਪਲ ਉਹਨਾਂ ਨੂੰ ਯਾਦ ਆਉਂਦੀ ਹੋਵੇਗੀ। ਹਾਂਜੀ, ਹਾਂ, ਇਹਨਾਂ ਦੀ 2 ਜੁਲਾਈ ਦੀ ਬਰਸੀ ਕਰੀ ਦੀ, 2 ਜੁਲਾਈ ਦੀ ਪੱਕੀ ਬਰਸੀ ਐਤਕੀ 25 ਬਰਸੀ ਮਨਾਈ, ਅਤੇ ਉਹ ਦਿਨ ਸਾਨੂੰ ਯਾਦ ਹੀ ਰਹਿੰਦੇ ਦੇਰ ਰਾਤ ਹੀ। ਬਹੁਤ ਛੋਟੀ ਉਮਰ ਸੀ ਤੁਹਾਡੀ ਵੀ, ਔਰ ਬੇਟਾ ਵੀ 2 ਸਾਲ ਦਾ ਮਹਿਜ਼, ਇੰਨੀ ਛੋਟੀ ਉਮਰ ਦੇ ਵਿੱਚ ਬੱਚੇ ਦੇ ਸਿਰ ਤੋਂ ਪਿਓ ਦਾ ਸਾਇਆ ਚਲੇ ਜਾਣਾ, ਔਰ ਛੋਟੇ ਬੱਚੇ ਦੇ ਹੱਥੋਂ ਅਗਨੀ ਦਿੱਤੀ ਜਾਣੀ ਆਪਦੇ ਪਿਓ ਨੂੰ। ਬੱਚੇ ਨੂੰ ਤਾਂ ਬਾਅਦ 'ਚ ਹੀ ਪਤਾ ਲੱਗਿਆ ਜਦੋਂ ਵੱਡਾ ਹੋਇਆ। ਹਾਂਜੀ, ਫੋਟੋ 'ਤੇ ਪਤਾ ਲੱਗਾ ਵੀ ਇਹ ਮੇਰੇ ਪਾਪਾ ਸੀ, ਜਿਹਨੇ ਹੀ ਪਤਾ ਹੈਗਾ ਬੱਚੇ ਨੂੰ। ਕਿੰਨਾ ਕੁ ਜਿਗਰਾ ਰੱਖਣਾ ਪੈਂਦਾ ਇੱਕ ਪਤਨੀ ਨੂੰ ਜਦੋਂ ਉਹਨਾਂ ਦਾ ਪਤੀ ਫੌਜ ਦੇ ਵਿੱਚ ਹੋਵੇ? ਜਿਗਰਾ ਤਾਂ ਬਹੁਤ ਵੱਡਾ ਕਰਨਾ ਪੈਂਦਾ, ਫਿਰ ਟਾਈਮ ਲੰਘਦਾ, ਐਵੇਂ ਤਾਂ ਲੰਘਦਾ ਨਹੀਂ ਹੈ। ਸਾਡੇ ਬਹੁਤ ਜਵਾਨ ਉਦੋਂ ਸ਼ਹੀਦ ਹੋਏ, ਲੇਕਿਨ ਫਿਰ ਵੀ ਜਿੱਤ ਪ੍ਰਾਪਤ ਕੀਤੀ। ਹਾਂਜੀ, ਬਹੁਤ ਸ਼ਹੀਦ ਹੋਏ ਸੀ, ਕਈ ਮੇਰੇ ਵਰਗੀਆਂ ਸੀ ਵਿਚਾਰੀਆਂ, ਛੋਟੇ ਛੋਟੇ ਬੱਚਿਆਂ ਵਾਲੀਆਂ, ਕਈਆਂ ਦੇ ਵੱਡੇ ਬੱਚੇ ਸੀ, ਕਈਆਂ ਦੇ ਛੋਟੇ ਬੱਚੇ ਸੀ,
ਜਦੋਂ ਜਾਈਦਾ ਸੀ ਵੇਖੀਦਾ ਸੀ, ਬਹੁਤ ਦੁੱਖ ਆਉਂਦਾ ਸੀ ਇੱਕ ਦੂਜੇ ਨਾਲ ਵੇਖ ਕੇ 2 ਜੁਲਾਈ ਨੂੰ ਜਦੋਂ ਜਿਉਂ ਸਿੰਘ ਦਾ ਮ੍ਰਿਤਕ ਦੇ ਤਿਰੰਗੇ ਦੇ ਵਿੱਚ ਲਿਪਟ ਕੇ ਆਈ ਹੋਊਗੀ, ਕੀ ਮਨ 'ਚ ਕੀ ਖਿਆਲ? ਬਹੁਤ ਦੁੱਖ ਸੀ, ਬਹੁਤ ਟਾਈਮ ਯਾਦ ਜਦੋਂ ਕਰ ਲਈਦਾ ਉਦੋਂ ਫਿਰ ਬਹੁਤ ਔਖਾ ਹੁੰਦਾ ਸੀ। ਮਾਣ ਮਹਿਸੂਸ ਹੁੰਦਾ ਸੀਗਾ ਕਿਤੇ ਨਾ ਕਿਤੇ ਕਿ ਐਡੀ ਵੱਡੀ ਜੰਗ ਜਿੱਤੀ ਹੈ, ਭਾਵੇਂ ਦੁਨੀਆ ਤੋਂ ਚਲੇ ਗਏ ਨੇ ਲੇਕਿਨ ਦੇਸ਼ ਦੀ ਕਿਤੇ ਨਾ ਕਿਤੇ ਰੱਖਿਆ ਕੀਤੀ। ਮਾਣ ਵੀ ਅਤੇ ਦੁੱਖ ਵੀ ਦੋਵੇਂ ਚੰਗੇ, ਮਾਣ ਵੀ ਅਤੇ ਦੁੱਖ ਵੀ ਦੋਵੇਂ ਚੰਗੇ, ਪਰ ਜਦੋਂ ਜੇ ਤਾਂ ਵੇਖੀਏ ਤਾਂ ਫਿਰ ਆਖੀ ਤਾਂ ਮਰਦੇ ਇੱਥੇ ਵੀ ਜਾਣੇ, ਜਿਹੜੇ ਸੜਕਾਂ 'ਤੇ ਮਰਦੇ ਪਏ ਨੇ ਉਹਨਾਂ ਵੀ ਮਰ ਜਾਣੇ, ਪਰ ਇਹਨਾਂ ਦੀ ਸਾਰੀ ਰਹਿੰਦੀ ਦੁਨੀਆ ਤੀਕਰ ਸ਼ਹੀਦ ਯਾਦਗਿਰੀਆਂ ਬਣੀਆਂ ਨੇ, ਕਈ ਕੁਛ ਬਣਿਆ ਇਹਨਾਂ ਦੇ ਨਾਂ 'ਤੇ ਹੈ ਨਾ। ਅਤੇ ਜੇ ਵੇਖੀਏ ਆਪਣੇ ਜ਼ਿੰਦਗੀ ਵੱਲ ਫਿਰ ਵੇਖੀਦਾ ਤਾਂ ਦੁੱਖ ਹੈ, ਇਹ ਸਾਰੀ ਜ਼ਿੰਦਗੀ ਐਵੇਂ ਟਪਾ ਤੀ। ਸਰਕਾਰਾਂ ਵੱਲੋਂ ਕਿਸ ਤਰ੍ਹਾਂ ਦਾ ਰੁੱਖ ਰਿਹਾ? ਸਰਕਾਰਾਂ ਵੱਲੋਂ ਪੂਰਾ ਮਾਨ ਸਨਮਾਨ ਮਿਲਿਆ? ਹਾਂਜੀ, ਸਰਕਾਰਾਂ ਵੱਲੋਂ ਮਤਲਬ ਸਹੂਲਤਾਂ ਮਿਲਦੀਆਂ ਰਹੀਆਂ, ਕਿਤੇ ਵੀ 26 ਜਨਵਰੀ ਇੱਥੇ ਨਹੀਂ ਬੁਲਾਉਣਾ ਗਾ, ਬੁਲਾਉਣਾ 15 ਅਗਸਤ ਇੱਥੇ ਨਹੀਂ ਬੁਲਾਉਣਾ ਗਾ, ਪਹਿਲਾਂ ਬਹੁਤ ਕਰਦੇ ਸੀ। ਹਾਂ, ਹੁਣ ਥੋੜ੍ਹਾ ਜਿਹਾ ਫਰਕ ਪੈ ਗਿਆ, ਹੁਣ ਇੱਕ ਸਾਡਾ ਗੇਟ ਰਹਿੰਦਾ ਸੀ ਬਣਨ ਵਾਲਾ, ਉਹ ਵੀ ਸਾਡਾ ਗੇਟ ਵੀ ਹੁਣ ਬਣ ਗਿਆ ਜਦੋਂ ਦੀ ਨਵੀਂ ਸਰਕਾਰ ਆਈ ਹੁਣ। ਹਾਂ, ਕਿਹੜੀ ਕਿਹੜੀ ਯਾਦਗਾਰੀ ਬਣਾਈ ਗਈ ਹੈ ਜਿਉਂ ਸਿੰਘ ਦੇ ਨਾਲ? ਹਾਂ, ਯਾਦਗਾਰੀ ਬਣਾਈ ਮਤਲਬ ਇੱਕ ਸਾਡੇ ਪਿੰਡ ਸੜਕ ਕੱਚਾ ਰਾਹ ਹੁੰਦਾ ਸੀ, ਰਸਤਾ ਸੜਕ ਨਹੀਂ ਸੀ ਹੁੰਦੀ, ਜਦੋਂ ਮੀਂਹ ਪੈ ਜਾਂਦੇ ਬਹੁਤ ਚਿੱਕੜ ਹੁੰਦਾ ਸੀ। ਉਹ ਵੀ ਵੱਡਾ ਰੋਡ ਸਾਡੇ ਪਿੰਡ ਬਣ ਗਿਆ, ਸਾਡੇ ਬੂਹੇ ਤੀਕਰ ਸੜਕ ਐ ਬਣੀ ਵਧੀਆ। ਹਾਂ, ਅਤੇ 24 ਘੰਟੇ ਲਾਈਟ ਵੀ ਆਈ ਹੈ, ਇੱਕ ਕਨੈਕਸ਼ਨ ਲੱਗਾ ਖੇਤਾਂ 'ਚ, ਅਤੇ ਬੁੱਤ ਵੀ ਬਣ ਗਿਆ। ਹਾਂ, ਬਣ ਗਿਆ, ਸਕੂਲ ਨਹੀਂ ਸੀ ਹੈਗਾ ਸਾਡੇ ਪਿੰਡ, ਉਹ ਵੀ ਸਕੂਲ ਵੀ ਬਣ ਗਿਆ, ਪ੍ਰਾਇਮਰੀ ਸਕੂਲ ਨਹੀਂ ਸੀ ਹੈਗਾ ਹੈਗਾ ਉਰਲੇ ਪਿੰਡ ਨਾਲ ਦੇ ਪਿੰਡ ਬੱਚੇ ਪੜ੍ਹਨ ਜਾਂਦੇ ਹੁੰਦੇ ਸੀ, ਅਤੇ ਇੱਕ ਰਾਹੂਵਾਲ, ਹਾਂਜੀ ਬੁੱਤ ਵੀ ਲਗਾਇਆ। ਹਾਂ, ਬੁੱਤ ਵੀ ਲਗਾਇਆ, ਉਹ ਰਾਹੂਵਾਲ ਸਕੂਲ 'ਚ ਲੱਗਿਆ। ਹੋਰ ਕਿਸ ਤਰ੍ਹਾਂ ਯਾਦ ਕਰਦੇ ਸੀ ਜਦੋਂ ਕਾਰਗਿਲ ਦੇ ਵਿੱਚ ਸ਼ਹੀਦ ਹੋਏ, ਤੁਹਾਨੂੰ ਕਿਵੇਂ ਪਤਾ ਲੱਗਾ ਕਿ ਸ਼ਹੀਦੀ ਪ੍ਰਾਪਤ ਕਰ ਗਿਆ, ਕਿਉਂਕਿ ਉਦੋਂ ਇਹੋ ਜਿਹੇ ਸਾਧਨ ਵੀ ਹੈ ਨਹੀਂ ਸੀ ਇੰਨੇ? ਸਾਨੂੰ ਇਸ ਤਰ੍ਹਾਂ ਸੀ ਵੀ ਕਦੀ ਸਾਡੇ ਘਰ ਸਵੇਰ ਤੋਂ ਲੈ ਕੇ, ਕਦੀ ਸਾਡੇ ਘਰ ਤਹਿਸੀਲਦਾਰ ਆ ਜਾਣਾ, ਕਦੀ ਪਟਵਾਰੀ, ਕਦੀ ਕਾਨੂੰਗੋੜ, ਕਦੀ ਪੰਜਾਬ ਪੁਲਿਸ ਆ ਜਾਣਾ, ਫਿਰ ਸਾਨੂੰ ਜਦੋਂ ਚਲੇ ਜਾਣਾ ਉਦੋਂ ਕਹਿ ਦੇਣਾ, ਨਹੀਂ ਇਹ ਤਾਂ ਭੁਲੇਖਾ ਹੈ, ਹੋਰ ਹੈ ਕੋਈ, ਇੰਨਾ ਹੀ ਭੁਲੇਖਾ ਹੈ। ਫਿਰ ਸਾਨੂੰ 4 ਕੁ ਵਜੇ ਪਤਾ ਲੱਗ ਗਿਆ ਸੀ, ਫਿਰ ਸਾਨੂੰ 4 ਵਜੇ ਦੱਸ ਦਿੱਤਾ ਸੀ ਉਹਨਾਂ ਨੇ ਕਿ ਤੁਹਾਡਾ ਹੀ ਹੈ। ਮਨ 'ਚ ਧੜਕਣਾ ਵੀ ਰਹਿੰਦੀ ਸੀਗੀ ਕਿ ਕਦੋਂ ਜਦੋਂ ਲੜਾਈ ਲੜੀ ਕਿ ਕਦੋਂ ਸੁਣਿਆ? ਹਾਂ, ਇਹ ਵੀ ਦਿਲ 'ਚ 24 ਘੰਟੇ ਟੈਂਸ਼ਨ ਰਹਿੰਦੀ ਹੁੰਦੀ ਸੀ। ਕਿਵੇਂ ਜ਼ਿੰਦਗੀ ਨਿਕਲ ਰਹੀ ਹੈ ਉਹਨਾਂ ਬਿਨਾਂ? ਇਹ 25 ਸਾਲ ਹਰ ਪਲ ਪਲ ਯਾਦ ਆਉਂਦੀ ਹੋਣੀ ਹੈ। ਜ਼ਿੰਦਗੀ ਤਾਂ ਸਹੀ ਮੈਨੂੰ ਤਾਂ ਮਤਲਬ ਪਤੀ ਨਾਲ ਹੀ ਹੈ ਜ਼ਿੰਦਗੀ ਤਾਂ, ਮਗਰ ਉੱਥੇ ਜ਼ਿੰਦਗੀ ਚੱਲ ਹੈ, ਸਹੂਲਤਾਂ ਵੀ ਹੈਗੀਆਂ ਨੇ, ਸਾਰਾ ਕੁਛ ਹੈਗਾ, ਪਰ ਜ਼ਿੰਦਗੀ ਦੁੱਖਾਂ 'ਚ ਨਿਕਲ ਗਈ। ਹਾਂ, ਬੱਚੇ ਵੀ ਪਾਲ ਲਏ, ਪੜ੍ਹਾ ਲਏ, ਲਿਖਾ ਲਏ, ਵਿਆਹ ਲਏ, ਪਰ ਆਪਦੀ ਜ਼ਿੰਦਗੀ ਦੁੱਖਾਂ 'ਚ ਨਿਕਲੀ। ਇਹ ਉਹ ਜਿਗਰੇ ਵਾਲੀਆਂ ਪਤਨੀਆਂ ਸਾਡੀਆਂ ਭੈਣਾਂ ਜਿਹੜੀਆਂ ਕਿ ਆਪਣੇ ਦਿਲ 'ਤੇ ਪੱਥਰ ਰੱਖ ਕੇ ਆਪਣੇ ਪਤੀ ਨੂੰ, ਆਪਣੇ ਬੇਟਿਆਂ ਨੂੰ ਦੇਸ਼ ਦੀ ਰਾਖੀ ਲਈ ਭੇਜਦੀਆਂ, ਔਰ ਜਦੋਂ ਉਹਨਾਂ ਦੀ ਮ੍ਰਿਤਕ ਦੇ
ਤਿਰੰਗੇ ਦੇ ਵਿੱਚ ਲਿਪਟ ਕੇ ਆਉਂਦੀ ਹੈ। ਕਿਤੇ ਨਾ ਕਿਤੇ ਮਾਣ ਵੀ ਮਹਿਸੂਸ ਹੁੰਦਾ ਅਤੇ ਦੁੱਖ ਵੀ ਹੁੰਦਾ। 25 ਸਾਲ ਹੋ ਗਏ ਇਸ ਕਾਰਗਿਲ ਦੀ ਲੜਾਈ ਨੂੰ, ਅਤੇ ਅੱਜ ਉਹ 25 ਸਾਲ ਇੱਕ ਇੱਕ ਪਲ ਕਿਵੇਂ ਕੱਟ ਕੇ ਜਿਉਂਦੇ ਹੋਣਗੇ ਚਰਨਜੀਤ ਕੌਰ ਤੁਹਾਡੇ ਸਾਹਮਣੇ ਹੈ, ਅੱਜ ਵੀ ਅੱਖਾਂ ਭਰਿਆ ਆਉਂਦੀਆਂ। ਸਾਡੀਆਂ ਵੀ ਇਹਨਾਂ ਦੀਆਂ ਗੱਲਾਂ ਦੇਖ ਕੇ ਸੁਣ ਕੇ ਮਨ ਭਰਿਆ ਹੈ, ਕਿਉਂਕਿ ਉਹ ਸਾਡੇ ਦੇਸ਼ ਦੇ ਜਵਾਨ ਜਿਹੜੇ ਬਾਰਡਰ 'ਤੇ ਰਹਿ ਕੇ ਸਾਡੀ ਰਾਖੀ ਕਰਦੇ ਨੇ, ਉਹਨਾਂ ਨੂੰ ਸਲੂਟ ਹੈ, ਉਹਨਾਂ ਨੂੰ ਨਮਨ ਹੈ, ਸਿਰ ਝੁਕਦਾ ਉਹਨਾਂ ਦੀ ਸ਼ਹੀਦੀ ਅੱਗੇ। ਇਹੀ ਜਵਾਨ ਜਿਹੜੇ ਸਾਡੇ ਬਾਰਡਰਾਂ 'ਤੇ ਬੈਠੇ ਆ, ਉਹਨਾਂ ਦੇ ਕਰਕੇ ਹੀ ਅਸੀਂ ਘਰ ਦੇ ਵਿੱਚ ਚੈਨ ਦੀ ਨੀਂਦ ਸੋਨੇ ਹਾਂ। ਲੇਕਿਨ ਧੰਨ ਜ਼ਿਕਰਾ ਉਹਨਾਂ ਮਾਵਾਂ ਦਾ, ਉਹਨਾਂ ਘਰ ਵਾਲੀਆਂ ਦਾ, ਉਹਨਾਂ ਭੈਣਾਂ ਦਾ, ਜਿਹੜੇ ਆਪਣੇ ਇੱਕ ਲੌਤੇ ਪੁੱਤ ਨੂੰ, ਇੱਕ ਭਰਾ ਨੂੰ, ਇੱਕ ਪਤੀ ਨੂੰ ਦੇਸ਼ ਦੇ ਰੱਖਿਆ ਲਈ ਬਾਰਡਰ 'ਤੇ ਭੇਜਦੇ ਹਨ। ਹਾਲਾਂਕਿ ਸਹੂਲਤਾਂ ਤਾਂ ਮਿਲ ਗਈਆਂ ਸਰਕਾਰ ਵੱਲੋਂ, ਲੇਕਿਨ ਇੱਕ ਪਤੀ ਦੀ ਕਮੀ, ਕਿਉਂਕਿ ਜਦੋਂ ਬੱਚਾ 2 ਸਾਲ ਦਾ ਹੋਵੇ ਔਰ ਉਦੋਂ ਪਿਓ ਦੀ ਲਾਸ਼ ਤਿਰੰਗੇ ਦੇ ਵਿੱਚ ਆਵੇ ਤਾਂ ਓਡਾ ਵੱਡਾ ਦੁੱਖ ਕੋਈ ਵੀ ਨਹੀਂ ਜਾਣ ਸਕਦਾ। ਲੇਕਿਨ ਫਿਰ ਵੀ ਮਾਣ ਹੁੰਦਾ ਸਾਡੇ ਉਹਨਾਂ ਸ਼ਹੀਦਾਂ 'ਤੇ ਜਿਹੜੇ ਇਹਨਾਂ ਜੰਗਾਂ ਨੂੰ ਜਿੱਤ ਕੇ ਦੇਸ਼ ਲਈ ਕੁਰਬਾਨ ਹੋ ਜਾਂਦੇ ਨੇ। ਅਸੀਂ ਵੀ ਜੀਵਨ ਸਿੰਘ ਨੂੰ ਸਲੂਟ ਕਰਦੇ ਹਾਂ, ਉਹਨਾਂ ਨੂੰ ਸਿਰ ਝੁਕਾਉਂਦੇ ਹਾਂ। ਸਾਡੇ ਦੇਸ਼ ਦੇ ਜਵਾਨਾਂ ਨੂੰ, ਦੇਸ਼ ਦੇ ਸ਼ਹੀਦਾਂ ਨੂੰ ਸਿਰ ਝੁਕਦਾ ਸਲੂਟ ਕਰਦੇ ਹਾਂ। ਦੀਪਕ ਸਿੰਗਲਾ, ਨਿਊਜ਼ 18 ਮੋਗਾ।